ਪ੍ਰੋ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਲਗਾਤਾਰ ਤਕਰਾਰ ਚੱਲ ਰਿਹਾ ਸੀ ਬਲਜੀਤ ਸਿੰਘ ਦਾਦੂਵਾਲ ਦੇ ਸਾਹਮਣੇ ਸੀ ਜਗਦੀਸ਼ ਝਿੰਡਾ ਤੇ ਅੱਜ ਨਤੀਜੇ ਸਾਹਮਣੇ ਆਏ ਨੇ ਤੇ ਬਲਜੀਤ ਸਿੰਘ ਦਾਦੂਵਾਲ ਦੇ ਉੱਤੇ ਹਾਵੀ ਹੁੰਦੇ ਨਜ਼ਰ ਆਏ ਨੇ ਜਗਦੀਸ਼ ਝਿੰਡਾ ਐਚਐਸਜੀਪੀਸੀ ਦੀ ਆ ਜਿਹੜੀ ਪ੍ਰਧਾਨਗੀ ਹੈ ਉਹ ਜਗਦੀਸ਼ ਝਿੰਡਾ ਦੇ ਹਵਾਲੇ ਕਰ ਦਿੱਤੀ ਗਈ ਹੈ ਦਾਦੂਵਾਲ ਹੱਥੋਂ ਖੁੱਸ ਗਈ ਹੈ ਪ੍ਰਧਾਨਗੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਐਚਐਸਜੀ ਪੀਸੀ ਦੇ ਵਿਚਕਾਰ ਲਗਾਤਾਰ ਤਕਰਾਰ ਬਰਕਰਾਰ ਸੀ ਜਗਦੀਸ਼ ਢਿੰਡਾ ਇਸ ਤਕਰਾਰ ਦੇ ਮੁੱਢ ਨਾਲ ਜੁੜੇ ਹੋਏ ਸ਼ਖਸ ਨੇ ਸਭ ਤੋਂ ਪਹਿਲਾਂ HSCPC ਨੂੰ ਇੰਡੀਪੈਂਡੈਂਟ ਬਣਾਉਣ ਦੀ ਗੱਲ ਕੀਤੀ ਸੀ ਜਗਦੀਸ਼ ਛਿੰਡਾ ਨੇ ਮੰਗ ਰੱਖੀ ਸੀ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਨਾਲ ਚੱਲਦੇ ਤਕਰਾਰ ਦੇ ਵਿੱਚ HSCPC ਵੱਲੋਂ ਇੱਕ ਵੱਡਾ ਚਿਹਰਾ ਸੀ ਜਗਦੀਸ਼ ਛਿੰਡਾ ਉਸ ਤੋਂ ਬਾਅਦ ਦਾਦੂਵਾਲ ਇਹ ਸਾਰੇ ਮੈਦਾਨ ਦੇ ਵਿੱਚ ਸਾਹਮਣੇ ਆਉਂਦੇ ਨੇ ਜਗਦੀਸ਼ ਛਿੰਡਾ ਆ ਜਿਹੜੇ ਨੇ ਹੁਣ ਇੱਕ ਵਾਰ ਮੁੜ ਤੋਂ ਫਰੰਟ ਤੇ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ HSCPC ਦੀ ਪ੍ਰਧਾਨਗੀ ਬਲਜੀਤ ਸਿੰਘ ਦਾਦੂਵਾਲ ਤੋਂ ਖੁੱਸ ਚੁੱਕੀ ਹੈ HSCPC ਦੇ ਨਵੇਂ ਪ੍ਰਧਾਨ ਆ ਬਣ ਚੁੱਕੇ ਨੇ ਜਗਦੀਸ਼ ਚਿੰਦਾ ਸੁਪਰੀਮ ਕੋਰਟ ਨੇ ਹਾਲੀ ਦੇ ਵਿੱਚ ਫੈਸਲਾ ਦਿੱਤਾ ਸੀ ਆ ਮਾਮਲਾ ਸੀ ਸ਼੍ਰੋਮਣੀ ਕਮੇਟੀ ਤੇ ਐਚਐਸਜੀਪੀਸੀ ਦੇ ਵਿਚਕਾਰ ਤਕਰਾਰ ਦਾ ਐਚਐਸਜੀਪੀਸੀ ਮੰਗਦੀ ਸੀ ਆਜ਼ਾਦੀ ਭਾਫ ਕੇ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਨ ਦਾ ਹੱਕ ਤੇ ਅਧਿਕਾਰ ਐਚਐਸਜੀਪੀਸੀ ਕੋਲ ਹੋਵੇ ਸ਼੍ਰੋਮਣੀ ਕਮੇਟੀ ਕੋਲ ਨਹੀਂ ਇਹ ਮੰਗ ਸੀ ਤੇ ਇਸ ਮੰਗ ਦੇ ਉੱਤੇ ਜਿਹੜਾ ਕੀ ਹੈ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਕਿਹਾ ਕਿ ਸੰਵਿਧਾਨ ਇਸ ਆ ਇਸ ਮੰਗ ਨੂੰ ਇਸ ਕਾਨੂੰਨ ਨੂੰ ਤਾਕਤ ਦਿੰਦਾ ਜਿਸ ਕਾਨੂੰਨ ਦੇ ਅਧਿਕਾਰ ਦੇ ਉੱਤੇ ਐ ਜੀ ਐਸ ਜੀ ਪੀ ਸੀ ਆ ਜਿਹੜਾ ਕੀ ਹੈ ਗੁਰਦੁਆਰਿਆਂ ਦਾ ਪ੍ਰਬੰਧਨ ਕਰ ਰਹੀ ਸੀ ਪਰ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖਾਂ ਦੀ ਸਰਵਉੱਤਮ ਇੱਕੋ ਹੀ ਸੰਸਥਾ ਹੈ ਤੇ ਉਸ ਦੇ ਕੋਲ ਹੀ ਦੇਸ਼ ਭਰ ਦੇ ਕੀ ਦੁਨੀਆ ਭਰ ਦੇ ਗੁਰਦੁਆਰਿਆਂ ਦਾ ਇੱਕ ਤਰੀਕੇ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਦੇਸ਼ ਭਰ ਦੇ ਵਿੱਚ ਇਸ ਸ਼੍ਰੋਮਣੀ ਕਮੇਟੀ ਅਧਿਕਾਰ ਦੇ ਲਈ ਲੜ ਰਹੀ ਸੀ ਹਰਿਆਣਾ ਦੀ ਕਮੇਟੀ ਦਾ ਮੰਨਣਾ ਸੀ ਐਚ ਐਸ ਜੀ ਪੀ ਸੀ ਦਾ ਕਿ ਉਹ ਖੁਦ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧਨ ਕਰਨਗੇ ਇਸ ਤੋਂ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਂਦਾ ਹੈ ਉਦੋਂ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਆਵਾਜ਼ ਵੀ ਮਾਰਦੇ ਨੇ ਕਿ ਤੁਸੀਂ ਹਰਿਆਣਾ ਆ ਕੇ ਖੁਦ ਐਚਐਸਜੀ ਪੀਸੀ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਜਾਓ ਪਰ ਇਹ ਸਭ ਦੇ ਵਿਚਾਲੇ ਜਗਦੀਸ਼ ਢੀਂਡਾ ਤੇ ਬਲਜੀਤ ਸਿੰਘ ਦਾਦੂਵਾਲ ਪ੍ਰਧਾਨਗੀ ਦੇ ਅਹੁਦੇ ਲਈ ਅੱਮੋ ਸਾਹਮਣੇ ਜ਼ਰੂਰ ਸੀ ਜਿਸ ਨੂੰ ਲੈ ਕੇ ਅੱਜ ਹੁਣ ਫੈਸਲਾ ਆ ਸਾਹਮਣੇ ਆ ਚੁੱਕਿਆ ਜਗਦੀਸ਼ ਛਿੰਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣ ਲਏ ਗਏ ਨੇ ਯਾਨੀ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧਨ ਹੁਣ ਜਗਦੀਸ਼ ਛਿੰਡਾ ਦੇ ਹੇਠ ਆਏਗਾ ਬਲਜੀਤ ਸਿੰਘ ਦਾਦੂਵਾਲ ਜੋ ਕਿ ਅਗਵਾਈ ਕਰ ਰਹੀ ਸੀ ਹੁਣ ਤੱਕ ਐਚਐਸਜੀਪੀਸੀ ਦੀ ਉਹਨਾਂ ਦੇ ਹੱਥੋਂ ਇਹ ਪ੍ਰਧਾਨਗੀ ਹੁਣ ਖੁੱਸ ਚੁੱਕੀ ਆ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਉੱਤੇ ਜਿੱਤ ਹਾਸਲ ਕਰਨ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਦੇ ਹੱਥੋਂ ਇਹ ਪ੍ਰਧਾਨਗੀ ਜਾਂਦੀ ਹੋਈ ਨਜ਼ਰ ਆਈ ਹੈ ਜਗਦੀਸ਼ ਢਿੰਡਾ ਹਾਲਾਂਕਿ ਉਹ ਚਿਹਰਾ ਨੇ ਜੋ ਕਿ ਲੰਬੇ ਸਮੇਂ ਤੋਂ ਐਚਐਸਜੀਪੀ ਦੇ ਐਚਐਸਜੀਪੀਸੀ ਦੇ ਅਧਿਕਾਰਾਂ ਲਈ ਲੜਦੇ ਆਏ ਨੇ ਸ਼੍ਰੋਮਣੀ ਕਮੇਟੀ ਦੇ ਮੂਰੇ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਇਹ ਮੁੱਦਾ ਜਦੋਂ ਚਰਚਿਤ ਹੁੰਦਾ ਸਭ ਤੋਂ ਪਹਿਲਾਂ ਤਾਂ ਉਦੋਂ ਜਗਦੀਸ਼ ਢਿੰਡਾ ਇਸ ਦੀ ਜ਼ੋਰ ਸ਼ੋਰ ਦੇ ਨਾਲ ਮੰਗ ਚੁੱਕਦੇ ਨੇ ਕਿ ਐਚਐਸਜੀਪੀਸੀ ਦੇ ਹੇਠ ਹੀ ਹਰਿਆਣਾ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧਨ ਆਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਉਦੋਂ ਉਹਨਾਂ ਨੂੰ ਇਹ ਵਿਕਲਪ ਵੀ ਦਿੰਦੀ ਆ ਜਾਓ ਆ ਗੱਲ ਚਰਚਿਤ ਹੁੰਦੀ ਹੈ ਕਿ ਉਹਨਾਂ ਨੂੰ ਵਿਕਲਪ ਵੀ ਦਿੱਤਾ ਗਿਆ ਸੀ ਕਿ ਤੁਸੀਂ ਇੱਕ ਸਬ ਕਮੇਟੀ ਬਣਾ ਲਓ ਜੋ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਰਹੇ ਪਰ ਜਗਦੀਸ਼ ਚਿੰਡਾ ਉਹਨਾਂ ਵੇਲਿਆਂ ਦੇ ਵਿੱਚ ਇਸ ਮੰਗ ਨੂੰ ਸਹਿਕਾਰਤੇ ਨਹੀਂ ਤੇ ਫਿਰ ਇਹ ਮੰਗ ਲਗਾਤਾਰ ਚਰਚਿਤ ਹੋ ਜਾਂਦੀ ਹੈ ਹੋਰ ਤੂਲ ਫੜਦੀ ਹੈ ਇਹ ਚਰਚਾ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਹਾਲੀ ਦੇ ਵਿੱਚ ਐਚਐਸਜੀਪੀਸੀ ਦੇ ਹਿੱਤ ਵਿੱਚ ਫੈਸਲਾ ਸੁਣਾਇਆ ਸੀ ਉਸ ਤੋਂ ਬਾਅਦ ਉਸ ਫੈਸਲੇ ਤੋਂ ਬਾਅਦ ਹੁਣ ਐਚਐਸਜੀਪੀਸੀ ਅ ਦੀ ਪ੍ਰਧਾਨਗੀ ਜਿਹੜੀ ਹੈ ਉਹ ਬਲਜੀਤ ਸਿੰਘ ਦਾਦੂਵਾਲ ਦੇ ਹੱਥੋਂ ਖੁੱਸ ਕੇ ਜਗਦੀਸ਼ ਝਿੰਡਾ ਦੇ ਹੱਥੇ ਗਈ ਹੈ ਜਗਦੀਸ਼ ਝਿੰਡਾ ਹੁਣ ਐ ਐਚਐਸਸੀ ਪੀਸੀ ਦੀ ਕਮਾਂਡ ਸੰਭਾਲਣਗੇ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧਨ ਸੰਭਾਲਣਗੇ ਤਾਂ ਹੋਰ ਅਪਡੇਟਸ ਲੈ ਕੇ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਦੇਖਦੇ ਰਹੋ ਪਰੂ ਪੰਜਾਬ ਟੀਵੀ ਧੰਨਵਾਦ